सिंह प्रधानमंत्री नरेंद्र मोदी और आज नीति आयोग की गवर्निंग काउंसिल की नौमी मीटिंग दी पवन, की अध्यक्षता करापति भवन पर राष्ट्रपति का राष्ट्रपति की थो तोहफें चा कि चुने गए दी ਆਨਲਾਈਨ ਪੋਰਟਲ ਈ ਉਪਹਾਰ ਰੈ ਨਿਲਾਮੀ ਕਰੋਗ ਪਰਦਾ ਵਿਦੇਸ਼ੀ ਮੁਦਰਾ ਭੰਡਾਰ ਸਦਾਂਸਵਾ ਬੱਦ 670.86 ਬਿਲੀਅਨ ਡਾਲਰੇ ਤੋੜੀ ਪੁੱਜੀ ਗਿਆ ਹੈ ਭਾਰਤ ਤੇ ਅਮਰੀਕਾ ਨੇ ਭਾਰਤ ਸਵਾ ਚੁਰਾਈਗੇਦੇ ਸ਼ਿਲਪੇ ਮੂਰਤੀਂ ਗੀ ਵਾਪਸ ਪਰਤਾਨੇ ਲਈ ਇੱਕ ਸਾਂਸਕ੍ਰਿਤਿਕ ਸੰਪਤੀ ਸਮਝੋਤੇ ਉਪਰ ਦਸਖਤ ਕੀਤੇ ਨ 2024 ਪੈਰਿਸ 올림픽 ਖੇਡਾਂ ਸਰੀਨ ਨਦੀ ਦੇ ਕਿਨਾਰੇ ਉਹ ਇਹ ਤੇ ਰੰਗਾਰੰਗ ਕਾਰਜਕ੍ਰਮ ਦੇ ਕੰਨੇ ਗਏ ਸ਼ੁਰੂ ਤੇ ক্রিকেট ਵਿੱਚ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲੀ ਤ੍ਰਉ ਟ20 ਅੰਤਰਰਾਸ਼ਟਰੀ ਮੈਚ ਦੀ ਸ਼੍ਰੇਣਕਲਾ ਦਾ ਪਹਿਲਾ ਮੈਚ ਅੱਜ ਸੈਂ ਆਖੜਿਆ ਜਾਗ ਓਹ ਖਬਰੇ ਦੀ ਤਫਸੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਨਵੀਂ ਦਿੱਲੀ ਰਾਸ਼ਪਤੀ ਪਵਨ ਸਾਂਸਕ੍ਰਿਤਿਕ ਕੇਂਦਰ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 9ਵੀਂ ਮੀਟਿੰਗ ਦੀ ਅਧਿਖਸ਼ਤਾ ਕਰਗਨ ਇਸ ਬਾਰੇ ਦੀ ਮੀਟਿੰਗ ਦਾ ਵਿਸ਼ੇਸਾਰ ਵਿਕਸਿਤ ਭਾਰਤ ਐਟ 2047 ਰੱਖਿਆ ਗਿਆ ਹੈ ਇਸ ਮੀਟਿੰਗ ਵਿੱਚ ਭਾਰਤ ਦੀ 2047 ਤੋੜੀ ਵਿਕਸਿਤ ਭਾਰਤ ਬਣਾਉਣੇ ਬਾਰੇ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ ਜਾਗ ਨੀਤੀ ਆਯੋਗ ਨੇ ਆਖਿਆ ਕਿ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ਵਿੱਚ ਰਵਾਰ ਦੇ ਲੋਕਾਂ ਦੀ ਜੀਵਨ ਗੀ ਔਰ ਬਿਹਤਰ ਬਣਾਉਣੇ ਬਾਰੇ ਕੇਂਦਰ ਤੇ ਰਾਜ ਸਰਕਾਰੇ ਵਿਚਕਾਰ ਤਾਲਮੇਲ ਤੇ ਸਹਿਯੋਗ ਬਾਰੇ ਚਰਚਾ ਕੀਤੀ ਜਾਗ राष्ट्रपति भवन मौके पर राष्ट्रपति साबका राष्ट्रपति तोहफे चा कि चुने तोहफे तोहफें ऑनलाइन पोर्टल ई ईओफार राय नीलामी करोग। इस पोर्टल की शुरूआत राष्ट्रपति द्रौपदी मुर्मू कार्यकाल दे दों बरे पूरे हो जाने पर किती ही नीलामी दे पहले गेड च ढाई सौ तोहफे नीलामी रखे जाग बोली पंज अगस्त सवा छब्बीस अगस्त तोड़ खुली रोग ਬੋਲੀ ਦਾ ਸਮੇਂ ਸਮਾਪਤ ਹੋਣੇ ਉਪਰ ਮੁਤਲਕਾ ਸਮਿਆਨ ਦੀ ਸਾਰੇ ਸ਼ਾਬਦ ਬੋਲੀ ਲਾਣੇ ਵਾਲੇ ਤੋੜੀ ਪਜਾਈ ਦਿੱਤਾ ਜਾਗ ਨਿਲਾਮੀ ਚ ਰੁਚੀ ਰੱਖਣੇ ਵਾਲੇ ਲੋਕ ਆਨਲਾਈਨ ਪੋਰਟਲ eupahar.rashtrapatibhavan.gov.in ਰਾਇ ਬੋਲੀ ਇਚ ਇਸਾ ਲੈ ਸਕਦੇ ਨੇ ਪਰ ਦਾ ਵਿਦੇਸ਼ੀ ਮੁਦਰਾ ਭੰਡਾਰ ਸਦਾ ਕੋਲਾ ਬਦ 670.86 ਬਿਲੀਅਨ ਡਾਲਰੇ ਤੋਂ ਡਿਪੂਜੀ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਆਸਿਆ ਜਾਰੀ ਆંકੜੇ ਮੁਜਬ ਇਸ ਹਫਤੇ ਮੁਦਰਾ ਪੰਡਾਰੇ ਚ 4 ਬਿਲੀਅਨ ਡਾਲਰ ਦਾ ਬਾਧਾ ਦਰਜ ਕੀਤਾ ਗਿਆ ਪਰ ਦਾ ਮੌਜੂਦਾ ਅਕਾਊਂਟ ਡੈਫੀਸਿਟ CADB ਘਟਿਏ 3.2 ਬਿਲੀਅਨ ਡਾਲਰੇ ਤੋਂ ਡਿਪੂਜੀ ਗਿਆ ਹੈ ਮੁਲਕ ਅੱਜ ਸਾਬਕਾ ਰਾਸ਼ਪਤੀ ਤੇ ਮੰਨੇ ਪਰ ਮੰਨੇ ਦੇ ਸਾਇੰਸਤਾਨ ਡਾਕਟਰ ਐਪੀ ਜੇ ਅਪਤુલ ਕਲਾਮ ਹੋ ਰਹੇਗੀ ਉਨਦੀ ਨੂਮੀ ਪੁੰਨਯਤੀ ਥੀ ਪਰ ਪਾਵੇ ਪ੍ਰੋਚੀ ਦੀ ਸ਼ਰਧਾਂਜਲੀ ਦਿਆ ਕਰਦਾ ਹੈ ਉਹਨੇ ਭਾਰਤ ਤੇ ਅੰਤਰਿਕਸ਼ ਤੇ ਮਿਸਾਈਲ ਵਿਕਾਸ ਕਾਰਜਕਰਮ ਵਿੱਚ ਮਹਤਵਪੂਰਨ ਭੂਮਿਕਾ ਨਿਭਾਈ ਉਹਨੇ ਗੀ ਮਿਸਾਈਲ ਮੈਨ ਆਫ ਇੰਡੀਆ ਦੇ ਨਾਟਕ ਨੇ ਵੀ ਜਾਣਿਆ ਜਾਂਦਾ ਹੈ ਹੁੰਦਾ ਦੇਹਾਂਤ ਅੱਜ ਦੇਖਤ ਹਿੰਦੀਆਂ ਨੇ 27 ਜੁਲਾਈ 2015 ਚ ਵਾਹ ਇਹ ਖਬਰ ਤੁਸ ਆਕਾਸ਼ ਵਨੀ ਪਰ ਸੁਨਾਰਦੇ ਹੋ ਭਾਰਤ ਤੇ ਅਮਰੀਕਾ ਨੇ ਪਰਸਵਾ ਚੋਰੀ ਹੋਏ ਦੇ ਸ਼ਿਲਪੇ ਤੇ ਮੂਰਤੀਆਂ ਦੀ ਮੁਲਕ ਵਾਪਸ ਅਨਨਲੀ ਅਮਰੀਕਾ ਕਨੇ ਸਾਂਸਕ੍ਰਿਤਿਕ ਸੰਪਤੀ ਸਮਝੋਤੇ ਉਪਰ ਦਸਖਤ ਕੀਤੇ ਨੇ ਇਸ ਸਮਝੋਤੇ ਤਹਿਤ ਦੋਨੇ ਮੁਲਕ ਪੁਰਾਤਤਵ ਸਮਗਰੀ ਦੇ ਗੈਰਕਾਨੂੰਨੀ ਆਯਾਤ ਦੇ ਰਿਆਤ ਤੇ ਤਸਕਰੀ ਗੀ ਰੋਕਨੇ ਲਈ ਮਿਲ ਕੇ ਕੰਮ ਕਰਨ ਇਸ ਸਰਬੰਦੇ ਚ ਅਮਰੀਕਾ ਕਨੇ ਇਹ ਪਹਿਲਾ ਪਹਿਲਾ ਸਮਝੋਤਾ ਹੈ ਨਮੀ ਦਿੱਲੀ ਚ ਪੱਤਰਕਾਰਾਂ ਗੀ ਸੰਬੋਧਿਤ ਕਰਦਈ ਸਾਂਸਕ੍ਰਿਤੀ ਤੇ ਸੈਲਸਫਾ ਮੈਕਮੇ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੋ ਰਿਹਾ ਕਿ ਜੇ ਇਸ ਸਮਝੋਤੇ ਕਰਨੇ ਦੋਨੇ ਮੁਲਕੇ ਬਚਕਾਰ ਸਾਂਝ ਪਿਆਲੀ ਹੋਰ ਮਜਬੂਤ ਹੋਗ ਤੋ ਆਇਮ ਭਾਰਤ ਤੇ ਅਮਰੀਕਾ ਦੇ ਰਾਜਦੂਤ ਐਰਿਕ ਰੈਸਿਟੀ ਉਹਨੇ ਆਖਿਆ ਚ ਇਹ ਸਮਝੋਤਾ ਭਾਰਤ ਦੀ ਉਸਤਾ ਅਕ ਦੋਨੇ ਲਈ ਪੁੱਟੀਗੇ ਦੀ ਮਤਵਿਆਲੀ ਗਏ ਹੈ ਮਾਈਗੋਵ ਮੰਚ ਦੇ 10 ਬਰੇ ਸਪੂਰੇ ਹੋਈ ਜਾਣੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸ ਪਲੇਟਫਾਰਮ ਲਈ ਕੰਮ ਕਰਨੇ ਤੇ ਇਸ ਕੀ ਵਿਕਸਿਤ ਕਰਨ ਵਾਲੇ ਦੀ ਸਰਾਹਨਾ ਕਰਦੇ ਹੋਏ ਆਭਾਰ ਵਿਅਕਤ ਕੀਤਾ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਹੋਰੇ ਆਖਿਆ ਜੇ ਪਿਛਲੇ ਇੱਕ ਦਾ ਕੇ ਸਮਾਂ ਮਾਈਗੋਵ ਪਲੇਟਫਾਰਮ ਖਰੇ ਸਾਸ਼ਨ ਤੇ ਲੋਕੇ ਦੀ ਸ਼ਮੂਲੀਅਤ ਵਾਲਾ ਸ਼ਾਨਦਾਰ ਮੰਚ ਉਪਰੀ ਸਾਹਮਣੇ ਆਇਆ ਹੈ ਪਾਰਟੀਮੋਸ ਮੈਕਮੇ ਨੇ ਇਸ ਹਫਤੇ ਲਈ ਮੁੰਬਈ 'ਚ ਬੜੀ ਮਤੀ ਬਰਖਾ ਪਹੁਣੇ ਸਰਬੰਦੀ yellow alert ਵਾਲੀ ਚੇਤਾਵਨੀ ਜਾਰੀ ਕੀਤੀ ਹੈ ਮੁੰਬਈ 'ਚ ਇਹਲੇ ਬੜੀ ਬਾਰੀ ਬਰਖਾ ਪਵਾ ਕਰਦੀ ਹੈ ਮੁੰਬਈ ਦੇ ਇਲਾਵਾ ਪਾਲਗਰ ਤੇ ਰਾਇਗੜ੍ਹ ਲਈ ਵੀ yellow alert ਤੇ ਥਾਨੇ ਤੇ ਰਤਨਾਗIRI ਲਈ orange alert ਵਾਲੀ ਚੇਤਾਵਨੀ ਜਾਰੀ ਕੀਤੀ ਗਈ ਹੈ ਸ਼੍ਰੀ ਅਮਰਨਾਥ ਜੀ ਦੀ ਸਾਲਾਨਾ ਯਾਤਰਾ ਦੇ अठाईवें दिन यानी कल मुल्ख के इसे थमा आए दे श्रद्वालुए पवित्र गुफा च मत् टेके जिन्दी गिन अठ हजार सत सौ ही अज बडले जम्मू यात्री निवास भगवती नगर थमा नूनवान पहलगाम बालटाल गांधरबल देस कैम्प बखी यु दा काफिला रवाना हुआ त्रेठ लोकी बड़ी गड्डियों च सवार य्रु कड़ी सुरक्षा इंतजामे अपने यात्री य्री अगे बदे ਅੱਜ ਦੇ ਜਥੇ ਵਿੱਚ 1269 ਪੁਰਸ਼ 398 ਮਹਿਲਾ 1 ਕન્યા ਨਾਲ ਤੇ 30 ਸਾਧੂ ਤੇ 10 ਸਾਧਵੀਆਂ ਸ਼ਾਮਲ ਹੀਆਂ 29 ਜੂਨ ਦੀ ਸ਼ੁਰੂ ਹੋਈ ਦੀ ਇਸ ਪਵਿੱਤਰ ਯਾਤਰਾ ਦੇ ਚਲਦੇ ਓਨ ਤੋੜੀ 4,44,340 ਸ਼ਰਧਾਲੂ ਸ਼ੀਵਿੰਦੇ ਹਿੰਦਲੀਂ ਦੇ ਰੂਪੇ ਚ ਦਰਸ਼ਨ ਕਰੀ ਲੇਤੇ ਦਿਨ ਬੁੰਜਾ ਦਿਨੇ ਤੋੜੀ ਚੱਲਣ ਲਈ ਯਾਤਰਾ ਰਖੜ ਪੁਨਿਆ ਗੇ ਸਮਾਪਤ ਹੋ ਜਿਸ ਦਿਨ இந்துਏ ਦਾ ਤਿਉਹਾਰ ਰਖੜੀ ਵੀ ਮਨਾਇਆ ਜਾਂਦਾ ਹੈ ਜਿਹੜਾ ਇਸ ਵਾਰੀ 19 ਅਗਸਤ ਕੀ ਪਿਆ ਹੈ ਇਸ ਦਿਨ ਭਗਵਾਨ ਸ਼ਿਵ ਦੀ ਪਵਿੱਤਰ ਛੜੀ ਦੀ ਦਸ਼ਨਾਮੀ ਅਖਾੜਾ ਸ਼ਿਰਨਗਰ ਥਮਾ ਪਵਿੱਤਰ ਗੁਫਾ ਤੋੜੀ ਮੰਤ ਦਿਪਿੰਦਰ ਗਿਰੀ ਤੇ ਹੋਰ ਦੇ ਦੂਏ ਸਤਵੇਂ ਦੀ ਅਗਵਾਈ ਚ ਲੈਤਾ ਜਾਗ 2024 ਪੈਰਿਸ 올림픽 ਖੇਡਾਂ ਸੀਨ ਨਦੀ ਦੇ किनारे ਉਹਦੇ ਰੰਗ ਰੰਗ ਕਾਰਕਰਮ ਕੰਨੇ ਗੇ ਸ਼ੁਰੂ ਹੀ ਗਏ ਹਨ ਬੜੀ ਭਾਰੀ ਬਰਖਾ ਦੇ باوجود ਬੜੀ ਮਤੀ ਗਿੰਤਰੀ ਚ ਲੋਕੇ ਇਸ ਉਦਘਾਟਨੀ ਪ੍ਰੋਗਰਾਮ ਚ ਹਿੱਸਾ ਲਿਆਤਾ ਦੁਨੀਆ ਭਰੇ ਦੇ ਮੁਲਕੀ ਸਵਾ ਕੋਈ 7000 ਖੜਾਰੀ ਕਲ ਪ੍ਰੇਡ ਆਫ ਨੇਸ਼ਨ ਚ ਹਿੱਸਾ ਲੇਤਾ ਭਾਰਤ ਦੀ ਤਰਫਾਂ ਦੋਵਾਂ ਵਾਰੀ 올ੰਪਿਕ ਤਗਮਾ ਜਿੱਤੀ ਚੁਕੀ ਦੀ ਬੈਡਮਿੰਟਨ ਖੜਾਰਨ ਪੀਵੀ ਸਿੰਧੂ ਤੇ ਪੰਜ ਬਾਰੀ 올림픽 ਵਿੱਚ ਇਸ ਸਾਲ ਲੈ ਚੁਕੇ ਦੇ ਟੇਬਲ ਟੈਨਿਸ ਖਿਡਾਰੀ ਸ਼ਰਦ ਕਮਲ ਔਰੇ ਭਾਰਤੀ ਦਲ ਦੀ ਅਗਵਾਈ ਕੀਤੀ ਪੈਰਿਸ 올림픽 ਕਹੇਡੇ ਵਿੱਚ ਭਾਰਤ ਦੇ 117 ਖਿਡਾਰੀਆਂ ਦਾ ਦਸਤਾ ਇਸ ਸਾਲ ਲਾਇਕ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰੇ ਖਿਡਾਰੀਆਂ ਦੀ ਸ਼ੁਭਕਾਮਨਾ ਦਿੰਦੇ ਹੋਏ ਆਖਿਆ ਜੇ ਮੁਲਕੇ ਦੇ ਹਰੇ ਖਿਡਾਰੀ ਉੱਪਰ ਗਰਵ ਹੈ ਕ੍ਰਿਕਟ ਵਿੱਚ ਭਾਰਤ ਤੇ ਸ਼੍ਰੀਲੰਕਾ ਬਸ਼ਕਾਰ ਉਹਨੇ ਲਈ ਤਰੂੰ ਅੰਤਰਰਾਸ਼ਟਰੀ T20 ਮੈਚੇ ਦੀ ਸ਼੍ਰੇਨਖਲਾ ਦਾ ਪਹਿਲਾ ਮੈਚ ਅੱਜ ਸਿਆ ਖੇਡਿਆ ਜਾਗ T20 ਸ਼੍ਰੀਲੰਕਾ ਮਗਰ ਪਹਿਲੀ ਇਕਾ ਸਮਾ ਭਾਰਤ ਤੇ ਸ਼੍ਰੀਲੰਕਾ ਬਸ਼ਕਾਰ ਕੋਲੰਬੋ ਵਿੱਚ ਤਰੇ ਇੱਕ ਦਿਨੇ ਵਾਲੇ ਅੰਤਰਰਾਸ਼ਟਰੀ ਮੈਚੇ ਦੀ ਸ਼੍ਰੇਨਖਲਾ ਖੇਟੀ ਜਾਗ ਮੁੱਖ ਮੰਕਰ ਇੱਕ ਬਾਰੀ ਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 9ਵੀਂ ਮੀਟਿੰਗ ਦੀ ਅਧਿਕਸ਼ਤਾ ਕਰਨ ਰਾਸ਼ਟਰਪਤੀ ਭਵਨ ਬਖਵਕ ਮੌਕੇ ਉਪਰ ਰਾਸ਼ਟਰਪਤੀ ਤੇ ਸਾਬਕਾ ਰਾਸ਼ਟਰਪਤੀ ਕੀ ਥੋਏ ਦੇ ਤੋਹਫੇ ਜਾਂ ਕਿਸੇ ਚੁਣੇ ਗਏ ਦੇ ਤੋਹਫੇ ਦੀ ਆਨਲਾਈਨ ਪੋਰਟਲ ਈ ਉਪਹਾਰ ਰਹੀ ਨਿਲਾਮੀ ਕਰੋਗੇ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਸਦਾ ਸਮਾਂ ਬਦ 670.86 ਬਿਲੀਅਨ ਡਾਲਰ ਤੋੜੀ ਪੁੱਜੀ ਗਿਆ ਹੈ ਭਾਰਤ ਤੇ ਅਮਰੀਕਾ ਨੇ ਭਾਰਤ ਸਮਾਂ ਚੁਰਾਏ ਗਏ ਸ਼ਿਲਪੀ ਮੂਰਤੀ ਨੂੰ ਵਾਪਸ ਪਰਤਾਣੇ ਲਈ ਇੱਕ ਸੰਸਕ੍ਰਿਤਿਕ ਸੰਪਤੀ ਸਮਝੌਤੇ ਉੱਪਰ ਦਸਤਖਤ ਕੀਤੇ ਨੇ 2024 ਪੈरिस 올림픽 ਖੇਡਾਂ ਸਿਰਿੰਗ ਨਦੀ ਦੇ ਕਿਨਾਰੇ ਹੋਏ ਤੇ ਰੰਗਾਰੰਗ ਕਾਰਜਕ੍ਰਮ ਦੇ ਕੰਨੇ ਗਏ ਸ਼ੁਰੂ ਤੇ ਕ੍ਰਿਕਟ ਵਿੱਚ ਭਾਰਤ ਤੇ ਸ਼੍ਰੀਲੰਕਾ ਬਸ਼ਕਾਰ ਹੋਣ ਵਾਲੀ ਤਰੋਂ T20 ਅੰਤਰਰਾਸ਼ਟਰੀ ਮੈਚ ਦੀ ਸ਼੍ਰੰਖਲਾ ਦਾ ਪਹਿਲਾ ਮੈਚ ਅੱਜ ਸਈਆਂ ਖੇਡਿਆ ਜਾਗਾ